ਆਪਣਾ ਜਿਹੜਾ ਵਾਅਦਾ ਸੀ ਮੈਂ ਪੂਰਾ ਕੀਤਾ। ਅੱਜ ਪੂਰਾ ਦਿਨ ਦੇ ਵਿੱਚ ਮੈਂ ਡਿਸਕਵਰੀਜ਼ ਲੈ ਕੇ ਹਾਜ਼ਰ ਹੋਇਆ ਵਾਂ, ਔਰ ਡਿਫਰੈਂਟ ਡਿਸਕਵਰੀਜ਼ ਵਾਲੀਆਂ ਡਿਸਕਵਰੀਜ਼ ਜਿਹੜੀਆਂ ਕਿ ਮਿੱਟੀ ਦੇ ਥੱਲੇ ਦੱਬੀਆਂ ਗਈਆਂ, ਜਿਹੜੀ ਕਿ ਇਤਿਹਾਸ ਜਿਹਨੂੰ ਕਿ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਮੈਂ ਗੱਲ ਕਰਨਾ ਵਾਂ ਖਾਲਸਾ ਰਾਜ ਇਤਿਹਾਸ ਦੀ 1750 ਤੋਂ ਬਾਅਦ, 1750 ਤੋਂ ਲੈ ਕੇ 1947 ਦੇ ਦਰਮਿਆਨ ਜੋ ਕੁਛ ਹੋਇਆ ਉਹ ਦੱਸਣ ਦੇ ਕਾਬਿਲ ਨਹੀਂ ਹੈ। ਦੋਵਾਂ ਪਾਸੇ ਸਭ ਕੰਟੀਨੈਂਟ ਦੇ ਅੰਦਰ ਜਿਹੜੀ ਹਿਸਟਰੀ ਨੂੰ ਅਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹੈ ਸਿੱਖ ਹਿਸਟਰੀ। ਉਹਨੂੰ ਲੱਭਦਾ ਹੋਇਆ ਮੁਹੱਲਾ ਕਰਤਾਰਪੁਰਾ, ਕਰਤਾਰਪੁਰਾ ਰੱਬ ਦੇ ਨਾਮ 'ਤੇ ਵਸਾਇਆ ਗਿਆ ਜਿਹੜਾ ਮੁਹੱਲਾ ਸੀ, ਜਿਹਦਾ ਇਲਾਕਾ ਕਰਤਾਰ ਦੇ ਲਫਜ਼ੀ ਮਤਲਬ ਨੇ ਉਹ ਕਰਤਾਰ, ਕਰਤਾਰ ਮੀਨ ਅੱਲਾ, ਗੋਡ ਹੋਮ, ਅੱਲਾ ਗੋਡ ਖੁਦਾ, ਇਹ ਤਮਾਮ ਨਾਮ ਉਸੇ ਜ਼ਾਤ ਦੇ ਨੇ। ਪਲੀਜ਼ ਆਪਣੇ ਬੱਚਿਆਂ ਨੂੰ ਦੱਸੋ ਕਿ ਵੀ ਇਹਦਾ ਨਾਮ ਕਿਸੇ ਮਜ਼ਹਬ ਦੇ ਨਾਲ ਤਲਕ ਨਹੀਂ ਹੈ। ਅਗਰ ਟੈਕਸ ਦੇ ਵਿੱਚ ਆ ਜਾਂਦਾ ਹੈ ਤਾਂ ਉਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਬਾਕੀ ਕਰਤਾਰਪੁਰਾ ਮੁਹੱਲਾ ਦੇ ਅੰਦਰ ਮੇਰੀ ਇੱਕ ਨਵੀਂ ਖੋਜ, ਮੇਰੀ ਇੱਕ ਨਵੀਂ ਰਿਸਰਚ ਜਿਹੜੀ ਹੈ ਉਹ ਸਾਹਮਣੇ ਆਈ ਹੈ, ਉਹ ਕੀ ਹੈ ਮੈਂ ਤੁਹਾਨੂੰ ਦਿਖਾਉਣਾ ਵਾਂ। ਆਓ ਬਾਈ ਜੀ, ਜ਼ਰੂਰ ਓਕੇ। ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਐਸੀਆਂ ਸਨ ਜਿਵੇਂ ਕਿ ਜਿਨ੍ਹਾਂ ਨੂੰ ਦੱਸਿਆ ਨਹੀਂ ਸੀ ਜਾ ਰਿਹਾ, ਦੱਸਿਆ ਨਹੀਂ ਸੀ ਜਾ ਰਿਹਾ, ਔਰ ਉਹਨਾਂ ਦੇ ਮੁਤਲਕ ਜਿਹੜੀ ਹੈ ਗੱਲ ਵੀ ਨਹੀਂ ਕੀਤੀ ਜਾਂਦੀ। ਮੈਂ ਗੱਲ ਕਰ ਰਿਹਾ ਵਾਂ ਗੁਰਦੁਆਰਾ ਗੁਰੂ ਸਤਸੰਗ ਸਭਾ, ਗੁਰੂ ਨਾਨਕ ਸਤਸੰਗ ਸਭਾ ਦੀ, ਕਿ ਵੀ ਇਹ ਹੈ ਉਹ ਗੁਰਦੁਆਰਾ ਜਿਹਨੂੰ ਬਹੁਤ ਅਰਸੇ ਤੋਂ ਮੈਂ ਤਲਾਸ਼ ਕਰ ਰਿਹਾ ਸੀ, ਮੁਹੱਲਾ ਕਰਤਾਰਪੁਰਾ ਦੇ ਵਿੱਚ। ਇਹ ਹੈ ਅੱਜ ਦੀ ਲਾਸਟ ਡਿਸਕਵਰੀ, ਔਰ ਮੈਂ ਕਹਾਂਗਾ ਸਭ ਤੋਂ ਵੱਡੀ ਡਿਸਕਵਰੀ ਮੇਰੀ, ਜਿਹੜੀ ਕਿ ਬਹੁਤ ਅਰਸੇ ਤੋਂ ਮੈਂ ਤਲਾਸ਼ ਕਰ ਰਿਹਾ ਸੀ। ਸੱਚ ਦੇ ਸਫ਼ਰ ਦੇ ਵਿੱਚ ਮੇਰਾ ਸਾਥ ਦਿਓ, ਇੱਕ ਵਾਰੀ ਫਿਰ ਨਵੀਂ ਚੀਜ਼ ਲੈ ਕੇ ਮੈਂ ਸਾਹਮਣੇ ਆ ਗਿਆ, ਔਰ ਹਿਸਟਰੀ ਦੇ ਉਹ ਪੰਨੇ ਜਿਨ੍ਹਾਂ ਨੂੰ ਅਰੇਸ ਕਰ ਦਿੱਤਾ ਗਿਆ ਸੀ, ਉਹ ਪੰਨੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਹਾਲ ਦੇ ਵਿੱਚ ਅੱਜ ਵੀ ਮੌਜੂਦ ਨੇ। ਥੈਂਕ ਯੂ ਜਸਵੀਰ, ਥੈਂਕ ਯੂ ਅਰਵਿੰਦਰ, ਥੈਂਕ ਯੂ ਅਰਵਿੰਦਰ। ਔਰ ਮੈਂ ਕਹਾਂਗਾ ਕਿ ਰਿਸਪੈਕਟਫੁਲੀ ਇੱਥੇ ਗਲੀ ਮੁਹੱਲੇ ਵਾਲੇ ਜਿਹੜੇ ਨੇ ਉਹਨਾਂ ਨੇ ਇਸ ਚੀਜ਼ ਨੂੰ ਬਿਲਕੁਲ ਬਚਾ ਕੇ ਰੱਖਿਆ, ਔਰ ਮੈਨੂੰ ਦੱਸਿਆ ਇਹਨਾਂ ਨੇ ਕਿ ਬਕਾਇਦਾ ਇੱਕ ਕੱਪੜੇ ਦੇ ਪੀਸ ਦੇ ਨਾਲ ਇਹਨੂੰ ਡੇਲੀ ਸਾਫ਼ ਕਰ ਦਿੱਤਾ ਜਾਂਦਾ। ਐਨੀ ਵੇਜ਼, ਕਿਉਂਕਿ ਇੱਕ ਔਨ ਕਾਰਡ ਤੋਂ ਬਾਅਦ ਲਿਖਿਆ ਹੋਇਆ ਹੈ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਮੁਹੱਲਾ ਕਰਤਾਰਪੁਰਾ। ਥੈਂਕ ਯੂ ਜੀ, ਥੈਂਕ ਯੂ ਗੁਰਵਿੰਦਰ, ਔਰ ਮੈਂ ਸਾਰਿਆਂ ਨੂੰ ਮੈਂ ਕਹਾਂਗਾ ਕਿ ਨਰਿੰਦਰ ਥੈਂਕ ਯੂ, ਕਮਾਲ ਥੈਂਕ ਯੂ। ਔਰ ਇਹ ਇੱਕ ਹੋਰ ਜਿਹੜੀ ਹੈ ਮੇਰੀ ਰਿਸਰਚ ਜਿਹੜੀ ਹੈ ਮੇਰੀ ਸਾਹਮਣੇ ਆਈ, ਔਰ ਇਹਦੇ ਨਾਮ ਦੇ ਉੱਤੇ ਮੈਂ ਪਹਿਲੇ ਤਿੰਨ ਗੁਰਦੁਆਰੇ ਜਿਹੜੇ ਮੈਂ ਖੋਜ ਚੁੱਕਿਆ ਵਾਂ, ਇੱਕ ਹਰੀਪੁਰ ਦੇ ਅੰਦਰ ਹੈ, ਇੱਕ ਰਾਵਲਪਿੰਡੀ ਦੇ ਅੰਦਰ ਹੈ, ਔਰ ਤੀਸਰਾ ਫਿਰ ਦੁਬਾਰਾ ਜਿਹੜਾ ਗੁਰਦੁਆਰਾ ਉਹ ਇਸ ਜਗ੍ਹਾ ਦੇ ਉੱਤੇ ਮੁਹੱਲਾ ਕਰਤਾਰਪੁਰਾ ਦੇ ਅੰਦਰ ਹੈ। ਆਖਿਰ ਕੀ ਵਜ੍ਹਾ ਸੀ, ਆਖਿਰ ਕੀ ਵਜ੍ਹਾ ਸੀ ਜਿਹਦੀ ਕਿ ਅਗਰ ਤੁਸੀਂ ਫੈਕਟਸ ਨੂੰ ਤੁਸੀਂ ਦੇਖਦੇ ਹੋ ਇਸ ਜਗ੍ਹਾ ਦੇ ਉੱਤੇ, ਅਤੇ ਤੁਸੀਂ ਜਦੋਂ ਪਹੁੰਚ ਜਾਂਦੇ ਹੋ ਕਿਸੇ ਐਸੀ ਜਗ੍ਹਾ ਦੇ ਉੱਤੇ ਕਿ ਤੁਸੀਂ ਹਿਸਟਰੀ ਦੇ ਪੰਨਿਆਂ ਨੂੰ ਫਰੋਲਦੇ ਜਦੋਂ ਇਹਦੀਆਂ ਇਹੋ ਜਿਹੀਆਂ ਜਗ੍ਹਾ 'ਤੇ ਪਹੁੰਚਦੇ, ਤਾਂ ਉਸ ਵੇਲੇ ਮੇਰੀ ਕੀ ਫੀਲਿੰਗਸ ਹੁੰਦੀਆਂ ਨੇ, ਮੈਂ ਫੀਲ ਕਰਦਾ ਹਾਂ ਸਟੇਬਲੈਸਟ ਦੇ ਉੱਤੇ, ਕਿ ਮੈਂ ਇੰਝ ਲੱਗਦਾ ਜਿਵੇਂ ਮੇਰੇ ਨਾਲ ਕੋਈ ਵਾਕਈ ਹੀ ਕੋਈ ਚੀਜ਼ ਐਸੀ ਜੁੜੀ ਹੋਈ ਹੈ ਕਿ ਜਿਹਨੇ ਮੈਨੂੰ ਇਸ ਮੁਹੱਲੇ ਵਾਲਿਆਂ ਨੂੰ ਬਿਲਕੁਲ ਨਹੀਂ ਪਤਾ, ਔਰ ਪਿੱਛੇ ਲੋਕ ਇਕੱਠੇ ਹੋ ਗਏ ਨੇ ਬਹੁਤ ਜ਼ਿਆਦਾ ਸਾਰੇ, ਕਿ ਵੀ ਇਹ ਗੁਰਦੁਆਰਾ ਹੈ। ਮੈਂ ਤੁਹਾਨੂੰ ਦਿਖਾਉਣਾ ਵਾਂ ਲਾਈਵ ਮੰਚ, ਕਿ ਜਿਹੜੇ ਕਿ ਲੋਕਾਂ ਨੂੰ ਪਹਿਲੇ ਨਹੀਂ ਸੀ ਪਤਾ ਇਹ ਗੁਰਦੁਆਰਾ, ਗੁਰਦੁਆਰੇ ਦੀ ਬਿਲਡਿੰਗ ਜਿਹੜੀ ਹੈ ਇਹ ਇੱਥੋਂ ਸ਼ੁਰੂ ਹੁੰਦੀ ਹੈ ਇਸ ਜਗ੍ਹਾ ਤੋਂ, ਔਰ ਇੱਥੇ ਹੁਣ ਰੈਫਿਊਜੀਸ ਫੈਮਿਲੀਜ਼ ਰਹਿੰਦੀਆਂ ਨੇ। ਔਰ ਅੱਛੀ ਗੱਲ ਜਿਹੜੀ ਹੈ ਵੇ ਕਿ ਇਹਨਾਂ ਨੇ ਇਸ ਗੁਰਦੁਆਰੇ ਦਾ ਨਾਮ ਜਿਹੜਾ ਉਹ ਅੱਜ ਤੱਕ ਬਰਕਰਾਰ ਰੱਖਿਆ, ਬੜੀ ਖੁਸ਼ੀ ਦੀ ਗੱਲ ਹੈ ਮੈਂ ਕਹਾਂਗਾ, ਔਰ ਮੈਂ ਇਹਨਾਂ ਦਾ ਸ਼ੁਕਰੀਆ ਵੀ ਅਦਾ ਕਰਾਂਗਾ ਜਾ ਕੇ, ਕਿ ਐਟਲੀਸਟ ਮੇਰੇ ਵਰਗੇ ਜਿਹੜੇ ਰਿਸਰਚਰ ਜਿਨ੍ਹਾਂ ਨੇ ਅੱਗੇ ਆਪਣੀ ਫੈਲੋਸ਼ਿਪ ਲੈਣੀ ਜਾਂ ਐਮ ਫਿਲ ਕਰ ਰਹੇ ਨੇ ਉਹਨਾਂ ਵਾਸਤੇ ਇਹ ਬਹੁਤ ਅੱਛਾ ਰਹੇਗਾ। ਸਰ ਆਪ ਕਿਤਨੀ ਦੇਰ ਸੇ ਰਹਿ ਰਹੇ ਹੈ ਪੇ? ਅੱਛਾ ਜੀ, ਇਹ ਮਾਈਗ੍ਰੇਟਡ ਤੁਸੀਂ ਕਿੱਥੋਂ ਜੀ, ਕਿਸ ਜਗ੍ਹਾ ਜੀ?
अच्छा अच्छा बस ओही की वर्ड मैं कहां कि ये भी बेचारे मुहाजर ने कि जदों मैं तुहानू पहले भी दस्या सी कि पाकिस्तान दे अंदर जदों जिहड़े लोग वड्डे वड्डे शहरां दे विच आए तो जिथे जिथे कोई धर्मसाल जिथे जिथे कोई गुरद्वारा खाली सी तो उत्थे इन्हां लोगां नूं लिया के वसाया गया सी टिल नो इन्हां नूं कोई जगह जदों अलॉट नहीं हुंदियां या कुछ नहीं हुंदा तो वह उस जगह के उत्ते जिहड़ा आके रहिंदे ने और इस गुरु घर के अंदर आके इन्हां नूं वसाया गया और अज तक इत्थे जिहड़े ने ये लोग रह रहे हैं। लेकिन फिर एक बार शुक्रिया अदा करांगा कि यह नेम प्लेट जी बार लगी हुई है दोवें पासे गुरुखंडा एक ओंकार तो बाद गुरद्वारा गुरु नानक सत्संग सभा मोहल्ला करतारपुरा रावलपिंडी दे विच एक होर मेरी न्यू डिस्कवरी जी है वो सामने आती है। थोड़ा सारियां दा लाइव देखने का बहुत ज़्यादा शुक्रिया और मैं कहांगा कि एक जिहड़ी हिस्ट्री सी जिन्हों के रिवाइज़ करन दी कोशिश मैं 5 साल पहले शुरू की सी और रावलपिंडी दे 90% फुटस्टैप्स जिहड़े ने उन्हां नूं मैं ऑनलाइन लैके आया सी। जदों खोल लिता जांदा है किसे कोलों किसे दा अपना तो उस वेले फिर याद आती है अखंड पंजाब की वड्डे पंजाब की या महान पंजाब की तो उस वेले लोग गल करते हैं कि जिन्हां कोलों जो कुछ खो लिता गया और जिन्हां नूं जो कुछ नहीं मिलिया वो लोग मेरे नाल शायद वह भी जुड़े होणगे जिन्हां नूं दसी तो सजी गई सी लेकिन मारी खबी गई उन्हां दे नाल और उन्हां नूं ना उधर कुछ मिलिया उन्हां नूं ना इधर कुछ मिलिया। जी दस रहे ने कि इत्थे नाल खूह भी एक तारीखी खूह है जिथे के स्नान वास्ते बनाया गया सी और स्नान घाट भी बनाया होया सी ते ए गुरु घर और गुरु घर तो अगे जिहड़ा सी खूह लो जी असी चले हां हुण अंदर एक तख्ती लगी हुई है उत्थों मिलेगा सुराग कि भी आखिर इत्थे इहदे बनाउण वाले इहदे सेवाकार जिहड़े सन ओह कौन सन ओह तख्ती कित्थे है जी जरा ओह दिखा दिओ जरा प्लीज़। लो जी ये हुण चला है हिस्टरी का एक होर नवा पन्ना डिस्कवर कि किहदे फोर फादर्स ने किहदे जिहड़े पुरख सन उन्होंने इत्थे दी नींह पत्थर रखी सी कह रहे ने कि एक टाइल मौजूद है और मैं वो तुहानू मार्बल की स्लैब दिखाने लई जा रहा वहाँ। भाई जी की नाम अपना? अबू अबैद है। और तुसी होशियारपुर तो आए हो? मेरे वाले साहब यानी के नानके जेड़े उधर आए थे इसी ते थे जंप पर ले। अच्छा 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 चलो जी बड़ी अच्छी गल है जी मनु बड़ी बड़ी खुशी हो रही है और पहले भी आए थे अगे देखने वास्ते आए सन सिख आए सन सारा मेरे देख के सी बड़ा खुश हुए सी के यानी के बहुत अभी तक नहीं जी बिल्कुल मैं भी यही देख के खुश हूं हमारी कल्चर है ना जी बिल्कुल जी मैं भी। लो जी असी खूह तुहानू दिखाउण लगे हां गुरुद्वारे दा जिहड़ा खूह सी तारीखी खूह जिहड़ा ओह अज ओह पन्ना जिहड़ा खोलण लई जा रहा मैं। लो जी लो जी इह घरां दे घरां दीआं देखो तुसीं मोटरां लगियां होईआं ने पाणी जिहड़ा अज वी इस्तेमाल कीता जा रहा है 1, 2, 3, 4, 5, 6 वाह जी वाह दस्सिआ जा रहा है कि इस खूह दे चों पाणी खतम नहीं हुंदा और इह खूह जिहड़ा पाणी खतम हो जांदा इहदा पाणी नहीं खतम इसदा पाणी बल्ले जी बल्ले इह वीर जी दस रहे ने कि निजाम सानूं दित्ता है यानी कि इह गुरु घाट दा पाणी जिहड़ा है पता नहीं किन्ने घर पी रहे ने जी इस वेले इत्थे जी पूरा इलाका जो है ना ये गली जो है ना जितनी भी है सब पाणी लेते हैं सब पाणी से वाह जी वाह बहुत शुक्रिया पूरा मोहल्ला पानी तो बहुत उच्च है ये 5 फुट नीचे 5 फुट छोड़ के नीचे छोटी कुई है उसके नीचे मेरे वाले सब इसके अंदर गए हैं दस रहे ने कि पानी बहुत उच्चा है हालांकि खिता पठवार के अंदर जिहड़ा है वो बहुत नीवा पानी होंदा है 5 फुट पे पानी है 5 फुट तक पानी जिहड़ा है इस गुरु घर दा जिहड़ा है वो चढ़ आंदा है और इत्थों लोग जिहड़े ने यह है वो जगह जिहदे अंदर खूह है और यह गुरद्वारा साहिब का खूह है कमाल हो गई जी अज की डिस्कवरी तो मैं कहांगा कि मलिक फैसल साहब तुसीं नाल हुंदे कितना मज़ा आंदा इत्थे। अच्छा जी तुसी वो हाँ वो पट्टी दिखानी है जी हाँ जी वो एक कह रहे ने कि एक टाइल लगी हुई है। लो जी सेवा करवाई दिखाने ली जा रहे हैं तो अनु मैं
लाइव लाइव डिस्कवरीज़ का सिलसिला जारी है कि गुरु घर के अंदर जी लगी हुई सेवा कराई सी, टहल सेवा करवाई सी, वो मैं तुम दिखा वा। इसका हाल देखा आपने? नहीं जी, बैक साइड पे जो है ना। जी जी, ओके, वेरी गुड। वो प्लास कोई दोनों यहां से की ओके जी, इसको उतार दो। नहीं नहीं बस ठीक है। ए जी, मेख दे पीछे लिखा है एक ओंकार, और वीर जी प्लीज ट्रांसलेट इट। जतिंदर मरिंदर और नीटिलो प्लीज, सारे दे सारे दोस्त मैनू मिल के ते मैनू एदी ट्रांसलेशन दसो कि सेवा करवाई दे विच की लिखा होया है। एक ओंकार तो बाद मैनू नहीं समझ आ रही, प्लीज पढ़ो, मैं वेट कर रहा हूं। प्लीज वीर जी, और भी कोई है ये रिसर्च कर रहे हैं, एनीवन और तो नहीं की लगी पट्टी छटी? नहीं नहीं, और भी बात सही थी। एक या मेन फ्रंट पे है तो या एक कैप पे, प्लीज ट्रांसलेट इट। मेरे को इतना टाइम नहीं हुंदा लाइव दे चैनी देर नु कैमरे नु फड़ के खड़ा होना मोबाइल फोन ते बहुत मुश्किल हुंदा है। प्लीज वीर जी, प्लीज जतिंदर वीर जी, एक ओंकार गुरुद्वारा दीवान अगे बोलो। एक ओंकार स्वर्गवासी डज नॉट हर नेम सी जी आनंद, आनंद फैमिली टिम्बर मार्केट वाले, वो वेरी गुड जी। चरणजीत प्लीज वेट, हरनाम सिंह जी आनंद टिम्बर मर्चेंट, ठीक है अगे। ए कमरा स्वर्गवासी बाबा जग कृष्ण ट्वेट, हरनाम सिंह आनंद टिम्बर मर्चेंट, दिल्ली वाले दी यादगार, वाओ। यानी कि बंदा दिल्ली दा सी जिदी यादगार जड़ी है वो दे याद विच ए कमरा जड़ा सी उदी सेवा करवाई गई सी जी। दिल्ली वाले दी यादगार है, वेरी गुड। थैंक यू जी। और डेट की लिखी हुई है, उन्हां दी धर्म पत्नी ने ए सेवा अपने पति दी याद दे विच श्रीमती विद्यावती जी ने बनवाई, ते रामानंद जी ने केड़े ने नवंबर 1943, दैट्स वेरी ग्रेट के 1943 दे विच, यानी के गुरु सत्संग सभा जिहड़ी है सिंह सभा मूवमेंट जिहड़ी है उहदे तो 10 साल तो बाद है गुरुद्वारा जिहड़ा उहदी छत दे उत्ते इह कमरा तमीर करवाया गया। उन्हां दी धर्म पत्नी श्री विद्यावंती दिल्ली वाले दी यादगार वे उन्हां दी पत्नी जी ने करवाई है। ओके जी, थैंक यू। इस रूम दी सेवा करवाई स्वर्गवासी दीवान हरनाम सिंह आनंद टिम्बर दिल्ली वाले दी यादगार याद विच करवाई धर्मपत्नी श्रीमती विद्यावंती जी ने करवाई। चलो जी, यह तो बहुत गुड हो गया, बहुत अच्छा हो गया। थैंक यू चरणजीत, क्लब मिल गए एक होर गुरुद्वारा दे चरणजीत जी, ये मोहल्ला करतारपुरा दे विच है, सूरी मैनशंस दे कोल ही बिल्कुल यह जगह आबाद है। मैं शुक्र गुजार हाँ भाई होर का जिन्होंने इन्होंने हले तक है जी इन्होंने कोल कमरा है, क्योंकि इतने जो आए ने लोग तो सारियां एक एक दो दो कमरे मिले ने, और यह सेवा करवाई जी बार भी लगी हुई है जिदे च गुरद्वारा गुरु सत्संग सभा गुरु नानक सत्संग सभा मोहल्ला करतारपुरा, और इन्हों की वजह नाल मैं पहुँचया खूह देखने वास्ते और इतें ही आ गया। थैंक यू जी, बहुत शुक्रिया जी।
ਗੱਲ ਹੋ ਰਹੀ ਹੈ ਸੱਚ ਦੇ ਸਫ਼ਰ ਦੀ। ਮੇਨ ਹਾਲ ਵੀ ਦਿਖਾ ਦਿਓ ਜੀ। ਹਾਂ ਜੀ, ਦੀਵਾਨ ਹਾਲ ਦੀ ਗੱਲ ਕਰ ਰਹੇ ਨੇ ਜੀ। ਬੜੀ ਬੜੀ ਮਿਹਰਬਾਨੀ ਹੈ। ਵੈਸੇ ਬਹੁਤ ਘੱਟ ਇਸ ਤਰ੍ਹਾਂ ਹੁੰਦਾ ਕਿ ਲਿਵਿੰਗ ਏਰੀਆ ਦੇ ਵਿੱਚ ਨਹੀਂ ਦੇਖਣ ਦਿੰਦੇ, ਲੇਕਿਨ ਇਹ ਜਗ੍ਹਾ ਜਿਹੜੀ ਹੈ, ਜਿਹੜਾ ਬੰਦਾ ਤਾਂ ਪਿੰਡੀ ਦੇ ਵਿੱਚ ਨਹੀਂ ਰਹਿੰਦਾ, ਸ਼ਾਇਦ ਉਹਨੂੰ ਪਤਾ ਨਹੀਂ ਹੈ ਕਿ ਇਸ ਜਗ੍ਹਾ ਦੀ ਇਸ ਵੇਲੇ ਕੀ ਵੈਲਿਊ ਹੈ। ਇਹ ਹਾਰਟ ਆਫ ਦੀ ਸਿਟੀ ਹੈ, ਮਹਿੰਗੀ ਤਰੀਨ ਜਗ੍ਹਾ ਹੈ ਰਾਵਲ ਪਿੰਡੀ ਦੀ, ਕਰਤਾਰਪੁਰਾ। ਠੀਕ ਹੈ ਜੀ, ਇਹ ਕਮਰੇ ਦੀ ਸੇਵਾ ਜਿਹੜੀ ਹੈ ਕਿਸੇ ਵੀ ਨੇ ਆਪਣੇ ਪਤੀ ਦੀ ਯਾਦ ਵਿੱਚ ਕਰਵਾ ਦਿੱਤੀ। ਐਸੀ ਓ ਗੁਰਦੁਆਰਾ, ਬਿਲਕੁਲ ਇਸਕੋ ਆਪ ਰੇਗਮਾਰ ਸੇ ਸਾਫ ਕਰਕੇ ਨਾ, ਕਾਲਾ ਮਾਰਕਰ ਜੋ ਹੈ ਉਸਮੇ, ਨਹੀਂ ਤੋ ਮੈਂ ਆਪਕੇ ਪਾਸ ਆ ਜਾਊਂਗਾ, ਮਿਲ ਕੇ ਕਰੇਂਗੇ ਇਸਕੋ। ਠੀਕ ਹੈ ਜੀ, ਮੈਂ ਛੁੱਟੀ ਵਾਲੇ ਦਿਨ ਆ ਜਾਊਂਗਾ ਨਾ, ਇਸਕੇ ਅੰਦਰ ਪੂਰਾ ਰੰਗ ਭਰੇਂਗੇ ਖੂਬਸੂਰਤ ਸਾ ਜੀ। ਅਸਾਂ ਦੁਨੀਆ ਨੂੰ ਦੱਸਣਾ ਕਿ ਅਸੀਂ ਇੰਨੇ ਮਾੜੇ ਲੋਕ ਨਹੀਂ ਹਾਂ। ਇਸਲਾਮ ਇਤਨਾ ਹਲਕਾ ਨਹੀਂ ਹੈ, ਇਸਲਾਮ ਬਹੁਤ ਹੈਵੀ ਹੈ। ਦੇਖੋ ਜੀ ਵੀਰ ਜੀ, ਇਹ ਕਹਿ ਰਹੇ ਨੇ ਕਿ ਇਸਲਾਮ ਇੰਨਾ ਮਾੜਾ ਮਜ਼ਹਬ ਨਹੀਂ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਖਤਮ ਕਰ ਦਈਏ। ਸਾਨੂੰ ਜਿਹੜਾ ਇਸਲਾਮ ਜਿਹੜਾ ਸਬਕ ਦਿੰਦਾ ਹੈ, ਇਹਨਾਂ ਚੀਜ਼ਾਂ ਨੂੰ ਸੇਵਾ ਸੰਭਾਲਦਾ ਦਿੰਦਾ ਕਿ ਕਿਸੇ ਦੀ ਚੀਜ਼ ਨੂੰ ਖਰਾਬ ਨਹੀਂ ਕਰਨਾ ਚਾਹੀਦਾ ਜੀ। ਜਸਵੀਰ ਜੀ, ਵਾਕਈ ਇਹਨਾਂ ਲੋਕਾਂ ਨੂੰ ਸਲਾਮ ਹੈ ਕਿ ਜਿਨ੍ਹਾਂ ਨੇ ਦੇਖੋ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਵੀ ਰੱਖਿਆ ਜੀ। ਬਿਲਕੁਲ, ਮੈਂ ਉਹ ਕਾਫੀ ਕੁਛ ਕਰਾਂਗਾ ਚਰਨਜੀਤ, ਲੇਕਿਨ ਹਾਲੇ ਫਿਲਹਾਲ ਸ਼ਾਮ ਹੋ ਰਹੀ ਹੈ, ਮੈਂ ਘਰ ਵਾਪਸ ਪਹੁੰਚਣਾ, ਇਸ ਵਾਸਤੇ ਮੈਨੂੰ ਜ਼ਰਾ ਥੋੜ੍ਹਾ ਜਿੰਨਾ ਟਾਈਮ ਲੱਗੇਗਾ ਇੱਥੇ ਆ ਕੇ, ਮੈਂ ਇਹਨੂੰ ਰੇਗਮਾਰ ਦੇ ਨਾਲ ਰਿਮੂਵ ਕਰਕੇ ਔਰ ਉਸ ਤੋਂ ਬਾਅਦ ਇਹਨੂੰ ਪੇਂਟ ਵੀ ਦੁਬਾਰਾ ਕਰਾਂਗੇ। ਬਿਲਕੁਲ ਜੀ, ਉਹਨਾਂ ਨੇ ਕਿਹਾ ਜੀ ਕੌਮ ਕਾਰ ਦੇ ਉੱਤੋਂ ਬਹੁਤ ਜਲਦੀ ਅਸੀਂ ਵਕੀਲ ਨੂੰ ਜਿਹੜਾ ਰਿਮੂਵ ਕਰ ਦੇਵਾਂਗੇ। ਸਲਾਮ ਅਲੈਕੁਮ ਜੀ। ਇਹ ਜੀ ਦੀਵਾਨ ਹਾਲ ਦੀ ਛੱਤ ਹੈ ਜੀ। ਇਹ ਬਹੁਤ ਹੈਵੀ ਕਿਸਮ ਦੇ ਗਾਰਡਰ ਪਏ ਹੋਏ ਨੇ ਉਹਦੇ ਉੱਤੇ, ਲਾਈਟ ਘੱਟ ਹੋਣ ਪਰੋਂ ਜਿਹੜਾ ਤੁਹਾਨੂੰ ਨਹੀਂ ਦਿਸ ਰਿਹਾ, ਲੇਕਿਨ ਇਹ ਦੀਵਾਨ ਹਾਲ ਦੀ ਛੱਤ ਹੈ। ਠੀਕ ਹੈ ਜੀ, ਉਹਦੇ ਅੰਦਰ ਹੀ ਜਿਹੜੇ ਨੇ ਕਾਫੀ ਕਮਰੇ ਬਣੇ ਹੋਏ ਨੇ। ਇਹ ਦੀਵਾਨ ਹਾਲ ਹੈ ਔਰ ਇਹ ਦਰਸ਼ਨੀ ਡਿਓੜੀ ਜਿਹੜੀ ਹੈ ਉਹ ਤੋਂ ਬੰਦ ਹੋਈ ਹੋਈ ਹੈ। ਇਹ ਹਾਲ ਥਾ ਬਿਲਕੁਲ ਜੀ, ਬਿਲਕੁਲ ਇਧਰ ਜੋ ਹੈ ਨਾ, ਇਧਰ ਕੁਰਸੀ ਬਣੀ ਹੋਈ ਥੀ। ਕਿਸ ਜਗ੍ਹਾ ਪੇ ਫਾਰਿਕ ਕਰ ਦੀ? ਕਿਸ ਜਗ੍ਹਾ ਪੇ? ਯਾਂ ਆ ਦੱਸਿਆ ਜਾ ਰਿਹਾ ਜੀ, ਦੀਵਾਨ ਪ੍ਰਕਾਸ਼ ਸਥਾਨ ਜਿਹੜਾ ਸੀ ਉਹ ਇਸ ਜਗ੍ਹਾ ਦੇ ਉੱਤੇ ਸੀ, ਉਹ ਸਾਹਮਣੇ ਜਿਹੜੀ। ਓਕੇ ਜੀ, ਅੰਦਰ ਕਨੈਕਸ਼ਨ ਦਾ ਪ੍ਰੋਬਲਮ ਹੈ ਅਤੇ ਅੰਦਰ ਜਾ ਕੇ ਇਸ ਜਗ੍ਹਾ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਖਿੜਕੀ ਹੈ ਇਹਦੇ ਨਾਲ ਹੀ ਥੱਲੇ ਜਿਹੜਾ ਸੀ ਪ੍ਰਕਾਸ਼ ਸਥਾਨ ਸੀ ਅੰਦਰਲੀ ਸਾਈਡ ਦੇ ਉੱਤੇ। ਮੇਨ ਹਾਲ, ਦੀਵਾਨ ਹਾਲ ਜਿਹੜਾ ਹੈ, ਇਹ ਅਗਰ ਰਸਤਾ ਤੁਸੀਂ ਦੇਖੋ ਤਾਂ ਸਿੱਧਾ ਦੀਵਾਨ ਹਾਲ ਨੂੰ ਜਾਂਦਾ ਸੀ ਔਰ ਦੀਵਾਨ ਹਾਲ ਹੈ ਜਿੱਥੇ ਲੋਕ ਖਲੋਤੇ ਹੋਏ ਨੇ, ਇਹ ਦੀਵਾਨ ਹਾਲ ਹੈ ਔਰ ਇਸ ਖਿੜਕੀ ਦੇ ਬਿਲਕੁਲ ਥੱਲੇ ਜਿਹੜਾ ਸੀ ਉਹ ਪ੍ਰਕਾਸ਼ ਸਥਾਨ ਸੀ। ਤੁਸੀਂ ਦੇਖ ਰਹੇ ਹੋ ਗੁਰਦੁਆਰਾ ਗੁਰੂ ਸਤਸੰਗ ਸਭਾ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਸੀ ਗੁਰਦੁਆਰਾ ਗੁਰੂ ਸਤਸੰਗ ਸਭਾ, ਗੁਰੂ ਨਾਨਕ ਸਤਸੰਗ ਸਭਾ, ਮੁਹੱਲਾ ਕਰਤਾਰਪੁਰਾ ਔਰ ਰਾਵਲਪਿੰਡੀ ਦੇ ਵਿੱਚ। ਮੈਂ ਬਹੁਤ ਖੁਸ਼ ਹਾਂ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਮੈਂ ਲਾਈਵ ਸਰਚ ਦੇ ਵਿੱਚ ਤੁਹਾਨੂੰ ਮੈਂ ਦੱਸਿਆ। ਕੁਛ ਲੋਕ ਮੈਨੂੰ ਬਹੁਤ ਪੁੱਛਦੇ ਸਨ ਕਿ ਤੁਸੀਂ ਕਿਸ ਤਰੀਕੇ ਨਾਲ, ਮੈਂ ਇਸ ਤਰ੍ਹਾਂ ਘਰ ਘਰ ਜਾਂਦਾ ਵਾਂ, ਇਸ ਤਰ੍ਹਾਂ ਘਰ ਘਰ ਜਾ ਕੇ ਇੱਕ ਇੱਕ ਬੰਦੇ ਕੋਲੋਂ, ਇੱਕ ਇੱਕ ਬੰਦੇ ਨਿਵਾਸ ਕੋਲੋਂ ਉੱਥੋਂ ਜਾ ਕੇ ਮੈਂ ਪੁੱਛਦਾ ਵਾਂ ਕਿ ਇੱਥੇ ਕੋਈ ਗੁਰਦੁਆਰਾ ਤਾਂ ਨਹੀਂ ਹੈ ਮੁਹੱਲੇ ਦੇ ਵਿੱਚ, ਇੱਥੇ ਕੋਈ ਸਿੱਖਾਂ ਦੇ ਹੱਥਾਂ ਦੀ ਲੱਗੀ ਹੋਈ ਕੋਈ ਟੈਕਸ ਤਾਂ ਨਹੀਂ ਲਿਖਿਆ ਹੋਇਆ, ਇੱਥੇ ਕੋਈ ਤਖਤੀ ਤਾਂ ਨਹੀਂ ਲਿਖੀ ਹੋਈ। ਇਹਨੂੰ ਕਹਿੰਦੇ ਨੇ ਜਨੂੰਨ। ਜਦੋਂ ਮੈਂ ਕਹਿੰਦਾ ਹੁੰਦਾ ਵਾਂ ਕਿ ਮੈਂ ਔਰ ਮੇਰਾ ਜਨੂੰਨ, ਇਹ ਹੈ ਮੇਰਾ ਮੀ ਐਂਡ ਮਾਈ ਪੈਸ਼ਨ, ਜਿਹਨੂੰ ਲੈ ਕੇ ਮੈਂ ਪਹੁੰਚਿਆ ਸੀ ਅਮੈਰੀਕਾ, ਜਿਹਨੂੰ ਲੈ ਕੇ ਪਹੁੰਚਿਆ ਸੀ ਆਸਟ੍ਰੇਲੀਆ, ਜਿਹਨੂੰ ਲੈ ਕੇ ਪਹੁੰਚਿਆ ਸੀ ਮਲੇਸ਼ੀਆ। ਬਹੁਤ ਜਲਦ ਤੁਹਾਡੇ ਕੋਲ ਆਵਾਂਗਾ ਮੈਂ ਕੈਨੇਡਾ ਦੇ ਵਿੱਚ ਔਰ ਇਹ ਸਾਰਾ ਕੁਛ ਦਿਖਾਵਾਂਗਾ ਤੁਹਾਨੂੰ ਮੈਂ ਕਿ ਮੈਂ ਕਿਸ ਤਰੀਕੇ ਨਾਲ ਇੱਥੇ ਲਾਈਵ ਕਰਨਾ ਵਾਂ। ਬਸ ਕੁਛ ਲੋਕਾਂ ਦੀਆਂ ਗਲਤ ਫਹਿਮੀਆਂ ਸਨ ਜਿਨ੍ਹਾਂ ਨੂੰ ਮੈਨੂੰ ਦੂਰ ਕਰਨਾ ਸੀ ਕਿ ਮੈਂ
ਇੰਨਾ ਆਸਾਨ ਕੰਮ ਨਹੀਂ ਹੈ ਇਹ ਸਾਰਾ ਕੁਛ ਲੱਭਣਾ। ਗਲੀ ਗਲੀ ਫਿਰ ਕੇ, ਗਲੀ ਗਲੀ ਮੁਹੱਲੇ ਮੁਹੱਲੇ ਜਾ ਕੇ ਲੋਕਾਂ ਕੋਲੋਂ ਪੁੱਛਣਾ, ਔਰ ਕੁਛ ਲੋਕ ਤਾਂ ਤਾਵਨ ਕੱਢਦੇ ਨੇ ਔਰ ਕੁਛ ਲੋਕਾਂ ਨਾਲ ਤਾਂ ਕਈ ਵਾਰੀ ਲੜਾਈ ਵੀ ਹੋ ਜਾਂਦੀ ਹੈ। ਜਿੱਥੇ ਲੋਕ ਚੰਗੇ ਹੁੰਦੇ ਨੇ ਅਤੇ ਉਹਨਾਂ ਦੀ ਚੰਗਿਆਈ ਨੂੰ ਦੱਸਣਾ ਚਾਹੀਦਾ, ਇਹਨਾਂ ਲੋਕਾਂ ਨੇ ਕੋਪਰੇਟ ਕੀਤਾ, ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਔਰ ਮੈਂ ਫਿਰ ਇੱਕ ਵਾਰੀ ਲੈ ਕੇ ਆਵਾਂਗਾ ਉਸ ਜਗ੍ਹਾ ਦੇ ਉੱਤੇ ਜਿਹੜੀ ਕਿ ਚੀਜ਼ ਜਿਹੜੀ ਬਿਲਕੁਲ ਅਨਡਿਸਕਵਰਡ ਪਈ ਹੋਈ ਸੀ, ਉਹ ਹੈ ਮੇਰੇ ਪਿੱਛੇ ਇਹ ਲਿਖੀ ਹੋਈ ਜਿਹੜੀ ਟੈਕਸਟ ਹੈ ਗੁਰਦੁਆਰਾ ਸਾਹਿਬ ਦੀ। ਗੁਰਦੁਆਰਾ ਗੁਰੂ ਗੁਰੂ ਨਾਨਕ ਸਤਸੰਗ ਸਭਾ ਮੁਹੱਲਾ ਕਰਤਾਰਪੁਰਾ ਰਾਵਲਪਿੰਡੀ। ਤਾਂ ਅੱਜ ਦੀ ਲਾਸਟ ਡਿਸਕਵਰੀ ਸੀ, ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਡਿਸਕਵਰੀ ਦੇ ਨਾਲ।